ਸ਼੍ਰੀਕਾਲ ਜੀ ਸਾਰਿਆਂ ਨੂੰ। ਸ਼੍ਰੀਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਕੀ ਹਾਲ ਚਾਲ ਆ? ਅਸੀਂ ਸਾਰੇ ਠੀਕ ਠਾਕ ਆ। ਆਸ ਕਰਦੇ ਹਾਂ ਕਿ ਤੁਸੀਂ ਵੀ ਸਭ ਠੀਕ ਹੋਵੋਗੇ। ਗੱਡੀ 'ਚ ਸੀਟ ਹੈਗੀ ਪਿੱਛੇ, ਦੋ ਤਿੰਨ ਹੈਗੀਆਂ, ਪਰ ਸਾਵਲ ਆਪਾਂ ਜਾਣਾ ਥੋੜ੍ਹਾ ਜਿਹਾ ਲੱਗ ਗਈ ਆ, ਅਤੇ ਸਾਵਲ ਫਿਰ ਗੋਦੀ 'ਚ ਬਹਿ ਗਿਆ, ਅਤੇ ਮੈਂ ਅੱਜ ਪਿੱਛੇ ਆ ਗਈ ਹਾਂ। ਉਹਦਾ ਕਾਰਨ ਇਹ ਆ ਕਿ ਨਹੀਂ ਲੋਕਲੀ ਜਾਣਾ, ਜੇ ਕਿਤੇ ਦੂਰ ਅੰਮ੍ਰਿਤਸਰ ਦਾ ਚੱਕਰ ਹੁੰਦਾ ਜਾਂ ਕੋਈ ਹੋਰ ਹੁੰਦਾ, ਹੋਰ ਕਿਤੇ ਜਾਣਾ ਹੁੰਦਾ, ਅਤੇ ਫਿਰ ਆਪਾਂ ਸੀਟ ਚੇਂਜ ਹੋ ਜਾਣੀ। ਅਤੇ ਅੱਜ ਅਸੀਂ ਚੱਲੇ ਹਾਂ ਬੜੀ ਦੇਰ ਬਾਅਦ ਪੈਲੀ ਦੇ ਵਿੱਚ ਫਾਰਮ ਹਾਊਸ 'ਤੇ। ਅੱਜ ਸੰਡੇ ਸੀ ਤਾਂ ਸੋਚਿਆ ਚਲੋ ਜਾ ਆਉਂਦੇ ਹਾਂ। ਵੀ ਲੱਗਦਾ ਆਪਾਂ ਡੇਢ ਸਾਲ ਬਾਅਦ ਚੱਲੇ, ਹੈ ਨਾ? ਡੇਢ ਦੋ ਸਾਲ ਹੋ ਗਏ ਅਸੀਂ ਗਏ ਹੀ ਨਹੀਂ। ਹਾਂ ਉੱਥੇ ਜਾਂਦੇ ਰਹਿੰਦੇ ਇਹਨਾਂ ਦਾ, ਅਤੇ ਉੱਥੇ ਪੱਕਾ ਹੈਗਾ ਹੀ ਆ, ਹਫ਼ਤੇ 'ਚ ਇੱਕ ਦੋ ਇਹ ਚੱਕਰ ਮਾਰ ਲੈਂਦੇ ਆ, ਪਰ ਅਸੀਂ ਨਹੀਂ ਗਏ ਕਿੰਨੀ ਦੇਰ ਹੋ ਗਈ ਆ। ਅਤੇ ਜ਼ਿਆਦਾ ਸਾਵਲ ਹੁਣਾਂ ਦੇ ਨਾਨਾ ਜੀ ਦੀ ਖੁਆਇਸ਼ ਹੀ ਵੀ ਉੱਥੇ ਜਾਓ ਜਾਓ ਜਾਓ, ਸਬਜ਼ੀਆਂ ਬੀਜੋ, ਜਾ ਕੇ ਸਬਜ਼ੀਆਂ ਬੀਜੋ। ਸਬਜ਼ੀ ਤਾਂ ਅਸੀਂ ਘਰੇ ਬੀਜੀ ਤਾਂ ਇੱਥੇ ਨਹੀਂ ਹੋਈ, ਕਿਉਂਕਿ ਬਾਰਿਸ਼ ਹੋ ਗਈ ਪਹਿਲਾਂ ਕਿੰਨੀ ਵਾਰ, ਅਤੇ ਉਹਦੇ ਕਰਕੇ ਉੱਗੀ ਨਹੀਂ। ਹੁਣ ਮੈਂ ਬੀ ਫੜੇ ਬੀ ਕਿਤੇ ਸੁੱਟ ਦੇ ਲੈ ਲਓ, ਮੈਂ ਬੀ ਕਾਲਾ ਲਵਾਉਂਦਾ ਪਾਪਾ ਕੋਲ ਆ। ਅੱਛਾ ਬੀ ਅਸੀਂ ਨਾਲ ਲੈ ਲਏ ਆ, ਪਤਾ ਨਹੀਂ ਉੱਥੇ ਕੁਛ ਬੀਜਿਆ ਕਿ ਨਹੀਂ ਬੀਜਿਆ। ਹੁਣ ਅੱਜ ਆਪਾਂ ਜਾ ਕੇ ਵੇਖਦੇ ਹਾਂ ਕੀ ਹਿਸਾਬ ਕਿਤਾਬ ਆ ਉੱਥੇ। ਚਾਬੀ ਆਪਾਂ ਲੈ ਲਈ ਆ ਨਾਲ, ਚਾਬੀ ਖੜਕਾਈ ਦੇ ਨਹੀਂ। ਹਾਂ ਖੜਕਾਈ ਦੇ ਨਹੀਂ, ਅਸੀਂ ਕਿਹੜੇ ਉੱਥੇ ਵਹਿਮ ਕਰਦੇ ਹਾਂ। ਪਰ ਕਈ ਲੋਕ ਕਰ ਲੈਂਦੇ, ਜੇ ਉਹਨਾਂ ਨੂੰ ਮਿੱਠਾ ਪਾਣੀ ਪਿਆ ਦੇਣਾ, ਉਹਨਾਂ ਨੂੰ ਮਿੱਠਾ ਪਾਣੀ ਪਿਆ ਦੇਣਾ, ਉਹਦਾ ਹੀ ਵਹਿਮ ਕਰ ਲੈਂਦੇ। ਪਤਾ ਨਹੀਂ ਸਾਨੂੰ ਕਿਸੇ ਨੇ ਕੀ ਪਿਆ ਦਿੱਤਾ। ਪਹਿਲੀ ਗੱਲ ਕਿ ਜਿਹੜਾ ਗੋੜ ਵਾਲਾ ਪਾਣੀ ਹੁੰਦਾ ਨਾ, ਸਭ ਤੋਂ ਠੰਡਾ, ਸਭ ਤੋਂ ਠੰਡੀ ਤਸੀਰ ਉਹਦੀ ਹੁੰਦੀ ਗੋੜ ਵਾਲੇ ਪਾਣੀ ਦੀ। ਵਿੱਚ ਤੁਸੀਂ ਥੋੜ੍ਹਾ ਜਿਹਾ ਦੁੱਧ ਪਾ ਲਓ, ਉਸ ਤੋਂ ਠੰਡੀ ਕੋਈ ਚੀਜ਼ ਨਹੀਂ ਹੁੰਦੀ। ਅਤੇ ਹੁਣ ਲੋਕ ਪਤਾ ਨਹੀਂ ਕੀ ਕਰਦੇ, ਪਸੰਦ ਨਹੀਂ ਕਰਦੇ ਨਾ ਇਹੋ ਜਿਹੀ ਚੀਜ਼ਾਂ ਖਾਣੀਆਂ। ਲੋਕਾਂ ਨੂੰ ਚਾਹੀਦੇ ਕੋਲਡ ਡਰਿੰਕ ਚਾਹੀਦੀ ਹੈ, ਕੁਛ ਹੋਰ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ, ਲੋਕ ਆਹ ਚੀਜ਼ਾਂ ਜਿਹੜੀਆਂ ਕੁਦਰਤੀ ਜਿਹੜੀਆਂ ਆ ਸਿਹਤ ਲਈ ਵਧੀਆ, ਉਹਨਾਂ ਨੂੰ ਚੰਗਾ ਨਹੀਂ ਕਹਿੰਦੇ ਅੱਜ ਕੱਲ੍ਹ। ਉਹ ਕਹਿੰਦੇ ਪਤਾ ਨਹੀਂ ਕੀ ਪਿਆ ਤਾ, ਇਹ ਬਿਮਾਰੀ ਹੋ ਗਈ, ਕੀ ਖੋਲ ਕੇ ਪਿਆ ਤਾ, ਉਹੀ ਬਿਮਾਰੀ ਹੋ ਗਈ। ਜਦਕਿ ਅਸੀਂ ਸਾਰਿਆਂ ਨੂੰ ਪਤਾ ਕਿ ਆਪਾਂ ਘਰ ਦੇ ਵਿੱਚ ਖੰਡ ਬਹੁਤ ਘੱਟ ਵਰਤਦੇ ਹਾਂ। ਪਤਾ ਨਹੀਂ ਕਿੱਧਰ ਦਾ ਟੋਪਿਕ ਮੈਂ ਕਿੱਧਰ ਲੈ ਆਈ ਹਾਂ। ਅਤੇ ਸੋ ਜਿਹੜੇ ਸਾਡੇ ਰਿਸ਼ਤੇਦਾਰ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਕੀ ਗੱਲ ਹੋਈ ਆ। ਸਾਰਿਆਂ ਨੂੰ ਪਤਾ ਵੀ ਅਸੀਂ ਘਰ ਦੇ ਵਿੱਚ ਗੋੜੀ ਵਰਤਦੇ ਹਾਂ, ਖੰਡ ਬਹੁਤ ਘੱਟ ਵਰਤਦੇ ਹਾਂ। ਸੋ ਚਲੋ ਇਹ ਛੱਡੋ ਟੋਪਿਕ, ਆਪਾਂ ਜਿੱਥੇ ਚੱਲਦੇ ਉਹ ਗੱਲ ਕਰਦੇ ਹਾਂ ਕਿੱਥੇ ਚੱਲੇ ਹਾਂ ਅਸੀਂ। ਅਸੀਂ ਚੱਲੇ ਹਾਂ, ਤੁਹਾਨੂੰ ਦੱਸਿਆ ਕਿ ਇੱਕ ਸਾਡਾ ਹਾਊਸ ਹੋਰ ਹੈਗਾ ਛੋਟਾ ਜਿਹਾ, ਅਤੇ ਗੁਰਪ੍ਰਤਾਪ ਜੀ ਦੇ ਰਾਤ ਵੀ ਲੈ ਰਹਿ ਲੈਂਦੇ ਆ ਉੱਥੇ, ਅਸੀਂ ਨਹੀਂ ਕਦੀ ਰਹੇ, ਇਹ ਰਹਿ ਪੈਂਦੇ ਆ। ਵਰੁਣ ਹੋਲੀ ਬਸ ਸਾਡੇ ਇੱਥੇ ਗੁਰਦਾਸਪੁਰ ਤੋਂ 8-9 ਕਿਲੋਮੀਟਰ ਹੀ ਦੂਰ ਹੈ, ਜ਼ਿਆਦਾ ਦੂਰ ਨਹੀਂ ਹੈਗਾ। ਕਿੱਥੇ ਪੈ ਗਿਆ ਪਿੱਛੇ? ਅਸੀਂ ਤਾਂ ਮੈਨੂੰ ਲੱਗਦਾ ਲਾਇਆ ਹੀ ਨਹੀਂ। ਝੋਨੇ ਵੀ ਵੱਢਣੇ ਸ਼ੁਰੂ ਹੋ ਗਏ ਆ, ਬੜਾ ਸੋਹਣਾ ਸਾਗ ਹੋਇਆ, ਤੋੜ ਕੇ ਲੈ ਜਾਈਏ ਕਿਸੇ ਦਾ। ਕਾਹਦਾ? ਕੋਈ ਨਹੀਂ ਅੱਗੋ ਜੀ, ਰਸਤਾ ਬੜਾ ਛੋਟਾ, ਰਸਤਾ ਬੜਾ ਛੋਟਾ ਆ, ਉਹ ਮਿਲ ਜਾਂਦਾ ਹੈ ਇੱਕ ਦੋ। ਹਾਂ ਪਾਪਾ ਨਾਲ ਹੀ ਹੈ, ਤੂੰ ਕਿਉਂ ਘਬਰਾਉਂਦਾ? ਉੱਥੇ ਤਾਂ ਟਰਾਲੀਆਂ 'ਚ, ਇਹ ਤਾਂ ਕੰਬਾਈਨ ਆਪਣੀ ਹੈ ਝੋਨਾ ਵੱਢਿਆ 'ਚ, ਉਹ ਤਾਂ ਕੰਬਾਈਨ ਅੱਗੇ ਜਾਣਾ ਕਿੱਧਰ ਦੀ ਆ? ਅੱਛਾ ਪਹਿਲੀ ਜਾਂ ਮੈਂ ਕਿਹਾ ਸ਼ਾਇਦ ਉੱਥੇ ਪਏ ਜੇ ਤੇ ਉੱਤੇ ਆ, ਪਰ ਟਰਾਲੀਆਂ 'ਤੇ ਲੱਗੀਆਂ ਨਿਕਲਣਾ ਕਿੱਧਰ ਦੀ? ਤੁਰ ਕੇ ਆਪਾਂ ਜਾ ਨਹੀਂ ਸਕਦੇ ਉੱਥੇ।
ਬਾਬਾ ਜੀ ਲੱਗੇ ਇਹ ਬਾਬਾ ਜੀ ਨਾ ਬਾਬਾ ਜੀ ਪਤਾ ਨਹੀਂ ਉਹੀ ਮੈਨੂੰ ਲੱਗਾ ਹੈਨਾ ਇਹਨੇ ਆਪਣਾ ਛੱਕ ਲਿਆ ਦਾੜੀ ਕਾਲੀ ਕਰ ਦਿੰਦਾ ਚੱਟੀ ਹੋ ਗਈ ਸੱਚੀ ਵਾਹਿਗੁਰੂ ਦਰਵਾਜ਼ਾ ਤਾਂ ਖੁੱਲ੍ਹਾ ਆ ਚਲੋ ਜੀ ਖੋਲੋ ਦਰਵਾਜ਼ਾ ਮਹਾਰਾਜ ਖੁੱਲ੍ਹਾ ਹੀ ਪਿਆ ਅਜੇ ਅੱਗੇ ਖੜਨੀ ਕਿਆ ਇੱਥੇ ਹੀ ਉਤਰੋ ਅੱਗੇ ਲੈ ਜਾਓ ਖੋਲ ਦਰਵਾਜ਼ਾ ਪਤਾ ਨਹੀਂ ਕਿੱਥੇ ਜਾਣਾ ਇਹਨਾਂ ਨੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਇੱਥੇ ਗੰਨੇ ਲੱਗੇ ਮੈਂ ਸੋਚਿਆ ਕਿ ਝੋਨਾ ਹੀ ਲਾਇਆ ਸ਼ਾਇਦ ਅੱਜ ਹੀ ਪਤਾ ਲੱਗਾ ਅੰਬ ਨਿੰਬੂ ਸਾਰੇ ਕਿੰਨੇ ਕਿੰਨੇ ਵੱਡੇ ਹੋ ਗਏ ਆ ਸਾਲ ਦੇ ਵਿੱਚ ਹੀ ਇੱਕ ਅੰਬ ਦਾ ਬੂਟਾ ਦੋ ਅਤੇ ਤਿੰਨ ਅਗਲੇ ਸਾਲ ਮੈਨੂੰ ਲੱਗਦਾ ਘਰ ਦੇ ਅੰਬਾਂ ਦਾ ਹੀ ਚਾਰ ਪਾਵਾਂਗੇ ਹਾਂਜੀ ਗਰਮੀ ਲੱਗਣ ਦੀ ਆਹ ਕੀ ਆ ਲੀਚੀਆਂ ਹੀ ਇਹਦੇ ਸੜ ਸੁੱਕ ਗਈਆਂ ਅਤੇ ਲੰਗਾਠਾਂ ਹੁੰਦੀਆਂ ਲੰਗਾਠਾਂ ਦਾ ਬੂਟਾ ਹੈ ਉਹਨਾਂ ਬਾਕੀ ਜੇ ਸਾਗ ਬੀਜਿਆ ਹੁੰਦਾ ਨਾ ਆਹ ਵੇਖੋ ਕਿੱਡਾ ਵੱਡਾ ਆਹ ਵੇਖੋ ਵੀ ਸਾਗ ਅਸੀਂ ਇਹੀ ਤੋੜ ਕੇ ਲੈ ਜਾਣਾ ਹੁਣ ਆਹ ਕਿੰਨਾ ਹੁਣ ਨੂੰ ਗਿੱਟ ਗਿੱਟ ਸਾਗ ਹੋ ਜਾਣਾ ਸੀ ਜੇ ਬੀਜਿਆ ਹੁੰਦਾ ਤਾਂ ਦੇਖੋ ਪਾਈ ਕੀ ਕਰਦੀ ਪਈ ਹੈ ਹਾਂ ਹਾਂਜੀ ਹਾਂਜੀ ਸੱਚੀ ਗੱਲ ਬੜੀ ਦੇਰ ਪੈ ਗਈ ਇੱਧਰ ਹਲਦੀ ਹੈ ਹੋਰ ਸਬਜ਼ੀ ਕੋਈ ਨਹੀਂ ਲਾਈ ਹੋਰ ਕੋਈ ਨਹੀਂ ਹੈਗੀ ਸਬਜ਼ੀ ਕੋਈ ਕੁਛ ਨਹੀਂ ਬੀਜਿਆ ਮੈਂ ਕੋਈ ਸਬਜ਼ੀ ਨਹੀਂ ਕੋਈ ਕੁਛ ਨਹੀਂ ਹੈਗਾ ਬਸ ਹਲਦੀ ਆ ਹਲਦੀ ਕੱਟ ਸਕਦੇ ਤੁਸੀਂ ਆ ਹੈਗੇ ਜੀ ਇਹ ਪਤਾ ਨਹੀਂ ਖਾਣ ਵਾਲੇ ਹੁੰਦੇ ਆਹ ਇਹਦੀ ਸਬਜ਼ੀ ਬਣਾਈ ਦੀ ਗੁਰ ਪ੍ਰਤਾਪ ਜੀ ਆਹ ਬੜੀ ਲੱਗੀ ਹੈ ਪਤਾ ਨਹੀਂ ਇਹ ਪੜੋਲ ਵੀ ਨਹੀਂ ਹੈ ਕੁਛ ਹੋਰ ਹੀ ਹੈ ਦੱਸ ਸਕਦੇ ਜੀ ਕਿ ਇਹਦੀ ਸਬਜ਼ੀ ਬਣਾਈ ਦੀ ਪਤਾ ਨਹੀਂ ਮੈਨੂੰ ਇਹ ਲੱਗੇ ਆ ਬੜੇ ਇੱਥੇ ਬੂਟੇ ਨੂੰ ਕੀ ਆ ਇਹ ਪੜੋਲ ਵੀ ਨਹੀਂ ਆ ਕੁਛ ਹੋਰ ਹੀ ਆ ਗੁਰਪ੍ਰਤਾਪ ਜੀ ਇਹ ਪੜੋਲ ਆ ਪੜੋਲ ਦੀ ਭੈਣ ਇਹ ਤਾਂ ਕਿੰਨੇ ਹੀ ਲੱਗੇ ਇੱਥੇ ਪਤਾ ਨਹੀਂ ਕੀ ਚੀਜ਼ ਹੈ ਆਹ ਕਿੱਧਰ ਵੀ ਲੱਗੇ ਆਹ ਇੱਥੇ ਵੀ ਲੱਗੇ ਪਤਾ ਨਹੀਂ ਕੀ ਹੈ ਪਰ ਆਏ ਮੱਛਰ ਵੀ ਹੈਗਾ ਜੇ ਬਚ ਕੇ ਪੜੋਲ ਵੱਧ ਗਈ ਆ ਕੁਛ ਪਰ ਪਤਾ ਨਹੀਂ ਕੀ ਆ ਮੱਛਰ ਵੀ ਜੇ ਬਚਿਓ ਮੱਛਰ ਤੋਂ ਮੰਮੀ ਆ ਕੀ ਹੈ ਦੇਖਿਓ ਆ ਕੇ ਮੰਮੀ ਨੇ ਕਹਿਣਾ ਸਬਜ਼ੀ ਬਣ ਜਾਂਦੀ ਇਹਦੀ ਮੰਮੀ ਨੇ ਬਣਾ ਦੇਣੀ ਸਬਜ਼ੀ ਪੱਕਾ ਮੰਮੀ ਨੇ ਕਹਿਣਾ ਪੜੋਲ ਪਹਾੜੀ ਕਰੇਲੇ ਕਹਿੰਦੇ ਨੇ ਕੌੜੇ ਕਹਿੰਦੇ
ਕਈ ਬਣਾ ਕੇ ਖਾਂਦੇ ਨੇ ਵੇਖਿਆ ਆਹ ਤੇ ਬੜੇ ਜ਼ਿਆਦਾ ਲੱਗੇ ਪਹਾੜੀ ਕਰੇਲੇ ਨਹੀਂ ਮੰਮੀ ਹੋ ਸਕਦੇ ਤੇ ਪੜੋਲ ਜੇ ਟਾਈਪ ਆ ਕੁਛ ਕਿਤੇ ਉਹ ਤੇ ਸਾਡੀ ਗਾਂਢੀਆਂ ਦੇ ਵੀ ਲੱਗਾ ਹੋਇਆ ਆਪਣੇ ਆਪ ਹੀ ਉੱਗਦੇ ਆ ਜੰਗਲੀ ਜੇ ਤੇ ਖਾਈਦੇ ਆ ਨਿੱਕੇ ਨਿੱਕੇ ਖਾਈਦੇ ਆ ਜੇ ਪੱਕ ਜਾਣ ਤੇ ਕੌੜੇ ਹੁੰਦੇ ਆ ਅਮਰੂਦ ਵੀ ਵਿੱਚ ਹੈਗੇ ਜੇ ਪਰ ਹੁਣ ਤੋੜਨੇ ਕਿਸ ਤਰ੍ਹਾਂ ਕਿਉਂਕਿ ਉਹ ਥੱਲੇ ਡਿੱਗੇ ਆ ਨਾ ਪੱਕ ਗਏ ਵੇਖਣਾ ਪੈਣਾ ਅਮਰੂਦ ਅਮਰੂਦ ਤੇ ਸਾਰਾ ਇੰਨੇ ਢੱਕਿਆ ਮੈਂ ਅਮਰੂਦ ਤੇ ਸਾਰਾ ਇੰਨੇ ਢੱਕਿਆ ਨਾ ਨਾ ਖਾਣੇ ਨਹੀਂ ਤੇ ਖੜਨੇ ਕਾਹਦੇ ਵਾਸਤੇ ਅਮਰੂਦ ਹੋਣਗੇ ਉਹ ਲੱਭਣੇ ਪੈਣੇ ਥੱਲੇ ਜਾ ਕੇ ਥੱਲੇ ਡਿੱਗੇ ਨਾ ਮੈਂ ਔਰਤੋਂ ਕਿਹਾ ਵੀ ਅਮਰੂਦ ਹੈਗੇ ਇੱਥੇ ਪੱਕੇ ਮੱਛਰ ਲੜ ਗਿਆ ਨਾ ਬੁਰੀ ਹਾਲਤ ਹੋਣੀ ਹੈ ਨਹੀਂ ਇੱਥੇ ਸ਼ਹਿਰ ਵਾਲਾ ਮੱਛਰ ਨਹੀਂ ਹੈ ਪਿੰਡ 'ਚ ਸ਼ਹਿਰ ਵਾਲਾ ਮੱਛਰ ਥੋੜ੍ਹੀ ਸ਼ਹਿਰ ਵਾਲਾ ਮੱਛਰ ਅਤੇ ਬਿਮਾਰੀਆਂ ਦੀਦੀ ਬਿਮਾਰੀ ਮੈਂ ਕਿਹਾ ਇਸ ਵਾਰੀ ਅੰਬ ਤਿੰਨ ਬੂਟੇ ਹੋ ਗਏ ਤਿੰਨ ਕਿ ਚਾਰ ਚਲੋ ਚੌਥੇ ਨੂੰ ਤੇ ਲੱਗਦਾ ਨੀ ਤੇ ਜਿਸ ਤਰ੍ਹਾਂ ਇੰਨੇ ਬੂਟੇ ਆ ਇਹ ਕਰੇਲੇ ਦੀ ਵੇਲ ਨਹੀਂ ਤੋਰੀਆਂ ਕਰੇਲੇ ਉਹੀ ਸਾਰਾ ਚੀਜ਼ ਅੱਛਾ ਅੱਛਾ ਬਾਬਾ ਜੀ ਖਾਂਦੇ ਹੋਣਗੇ ਤੁਸੀਂ ਪਾਪਾ ਨੇ ਗੋਡੀ ਸ਼ੁਰੂ ਕਰਨੀ ਸ਼ੁਰੂ ਕਰਤੀ ਆ ਛੱਡੋ ਕਿਉਂ ਛੱਡਤਾ ਕੰਮ ਤੁਸੀਂ ਉਹ ਕਿੱਥੇ ਰੱਖੇ ਤੁਸੀਂ ਹਜ਼ਾਰ ਹਜ਼ਾਰ ਕਿੱਥੇ ਰੱਖੇ ਤੁਸੀਂ ਫੁੱਲ ਵਧੀਆ ਲੱਗੇ ਪਿਛਲੀ ਵਾਰ ਕਿੰਨੇ ਫੁੱਲ ਸੀ ਇੱਥੇ ਉਹ ਸਾਰਾ ਉੱਥੋਂ ਕੱਟਤਾ ਨਾ ਉਹ ਜਿਹੜੀ ਵੀ ਇੰਨੀ ਵੱਡੀ ਵੇਲ ਉਹਦੀ ਉਹ ਵੀ ਕੱਟਤੀ ਆਹ ਪਤਾ ਨਹੀਂ ਕਿਹੜਾ ਬੂਟਾ ਲਾਇਆ ਇਹ ਤਾਂ ਸਮਝ ਨਹੀਂ ਲੱਗੀ ਕੀ ਚੀਜ਼ ਹੈ ਮੱਛਰ ਜੇ ਵਾਕੇ ਬੜਾ ਉੱਧਰ ਐਕਸਰਸਾਈਜ਼ ਕਰ ਜਾ ਕੇ ਉਹ ਐਕਸਰਸਾਈਜ਼ ਨਹੀਂ ਹੁੰਦੀ ਇੱਧਰ ਡੰਡੂ ਮਾਰਨ ਡਿਆ ਆ ਡੰਡੂ ਹੀ ਆ ਕਿ ਹੋਰ ਕੀ ਆ ਚਲੋ ਕੀ ਛੱਡਾਂਗੀ ਮੰਮੀ ਨੂੰ ਲੱਗਦਾ ਵੀ ਜਿਹੜਾ ਮਾੜਾ ਮੋਟਾ ਸਾਗ ਸੁਗ ਲੱਭਦਾ ਤੋੜ ਲਈਏ ਪਰ ਹੈ ਨਹੀਂ ਹੈ ਬੀਜਿਆ ਹੀ ਨਹੀਂ ਕੁਛ ਵੀ ਅਤੇ ਇਸ ਤਰ੍ਹਾਂ ਹੀ ਆ ਸਭ ਕੁਛ ਕੁਛ ਵੀ ਨਹੀਂ ਬੀਜਿਆ ਗਰਮੀ ਵੀ ਕਿੰਨੀ ਹੈ ਨਾ ਅਜੇ ਖਾਂ ਨੇ ਕਹਿਣ ਲਾਈ ਆ ਸਾਗ ਨੂੰ ਨਹੀਂ ਕਹਿ ਰਹੇ ਲੱਭਣ ਡੇ ਪਤਾ ਨਹੀਂ ਕਿੱਥੇ ਦੌੜ ਗਏ ਕਿੱਥੇ ਗਿਆ ਸਾਵਲ ਸਾਵਲ ਜੀ ਇੱਧਰ ਤੁਹਾਡੇ ਕਰਦੇ ਨੇ ਚੱਲੀਏ ਫਿਰ ਕੀ ਕਰਨਾ ਇੱਥੇ ਗਰਮੀ ਲੱਗਣ ਡੀ ਸੂਰਜ ਦੇਵਤਾ ਜੀ ਤਪ ਰਹੇ ਨੇ ਸਾਹਮਣੇ ਪਰ ਇੰਨੀ ਗਰਮੀ ਹੈ ਨਹੀਂ ਹੈ ਜਿੰਨੀ ਲੱਗਣ ਡੀ ਇੱਥੇ ਹੈ ਨਾ ਸਾਵਲ ਪੜਾ ਚਲੋ ਫਿਰ ਚੱਲੀਏ ਬਿੱਲ ਦਾ ਮੈਂ ਇਹਨੂੰ ਲੱਗੇ ਨਹੀਂ ਉਹ ਬਿੱਲ 'ਚ ਅੱਛਾ ਬੂਟਾ ਤਾਂ ਬੜਾ ਵੱਡਾ ਹੋ ਗਿਆ ਬਿੱਲ ਅੱਛਾ ਜਿਨ ਉਹ ਵੁੱਡ ਐਪਲ ਉਹੀ ਹੁੰਦਾ ਨਾ ਇਹਦੇ ਵੀ ਪੱਤੇ ਖਾ ਲਈ ਦੇ ਅੱਛਾ ਉਹ ਇੱਕ ਮਾਊ ਬੇਟੇ ਲੱਗੇ ਗੱਡੇ ਸਾਡੇ ਖਾਣ ਨੂੰ ਤਾਂ ਆਉਂਦੇ ਖੇਸ ਵਾਜੋ ਮਰਜ਼ੀ ਖਾ ਲਓ ਫਿਰ ਜੇ ਤੁਸੀਂ ਮਤਲਬ ਕੁਰਕਰੇ ਚਿਪਸ ਖਾ ਸਕਦੇ ਜੇ ਤੇ ਅੰਬ ਦੇ ਪੱਤੇ ਤੇ ਕਿਤੇ ਜ਼ਿਆਦਾ ਵਧੀਆ ਨੇ ਬਿੱਲ ਦੇ ਪੱਤੇ ਵੀ ਬੜੇ ਵਧੀਆ ਨੇ ਹਾਂਜੀ ਠੀਕ ਆ ਚਲੋ ਫਿਰ ਚੱਲੇ ਮੰਮੀ ਨੇ ਆਪਣੇ ਵਿਚਾਰੇ ਵਿਚਾਰੇ ਲਈ ਕੋਈ ਸਾਗ ਸੂਗ ਤੋਂ ਤੋੜ ਹੀ ਲਿਆ ਹਾਂਜੀ ਤੁਸੀਂ ਡੰਡੇ ਨਾਲ ਖੇਡੋਗੇ ਵਰਨ ਨੂੰ ਗਰਮੀ ਲੱਗੀ ਜਾ ਕੇ ਗੱਡੀ 'ਚ ਵੜ ਗਿਆ ਅੱਛਾ ਭੂਜੀ ਨੇ ਕਿਹਾ ਵੀ ਗੱਡੀ ਸਟਾਰਟ ਕਰ ਦਿਓ
सोल बंदे ने मच्छर तो नहीं लड़ा लिया, मच्छर तो बच जाओ। चलिए फिर उन्होंने फिर बेच ला ली ट्राली कि साइड ते कर ली है। हाँ जी साइड ते तो नहीं निकलता था होगा। सावल खेडन डिया के होर की करन डिया, खेडियां हो डिया खेडियां। चलो जी चलिए फार्म हाउस आए हैं बड़ी देर बाद, पर अच्छा कोई भी नहीं सब्जी सुब्जी कुछ भी नहीं असर ही है। चलिए गर्मी बड़ी है। ओके जी बाय बाय जी, सत श्रीकाल जी सारे। अच्छा उधर दी वहाँ।